हेलो जी, सत श्री अकाल जी। हैप्पी जन्माष्टमी। हैप्पी जन्माष्टमी जी सारिआं नूं। होर ठीक ठाक हो? सारे वधिया। जन्माष्टमी दीआं सब नूं बहुत बहुत वधाइयां। आ देखो देखो साडे वाला प्रधान की बणिआ फिरदा। होर जी ठीक ठाक हो? अज असीं फास्ट रख्या दोनों ने। मैनूं फसाता इहने नाल ही। चलो कोई गल नहीं, थोड़ा बहुत पुन खटना चाहिए है ना, एक दिन भुखा भी रहना चाहिए। भुखा तो ठीक है, पर भुखा मारना थोड़ी चाहिए बंदे नूं। कृष्ण जी फिर ना बहुत वधिया वधिया हो देंगे, खाण नूं देंगे चीजा, गोल गप्पे देंगे, खुशियां देंगे, खुशियां घर भला हो भला। चलो असि हुण मंदिर जाण लगे आ। ਅੱਜ ਹੋਪਫੁਲੀ ਆਈ ਥਿੰਕ ਮੰਦਰ ਓਪਨ ਹੀ ਹੋਣਗੇ। ਵੈਸੇ ਅਸੀਂ ਜਾਣਾ ਸੀਗਾ ਇਸਕੋਨ ਵਾਲੇ ਟੈਂਪਲ ਜਾਣਾ ਸੀਗਾ ਸੈਂਟਰਲ ਲੰਡਨ, ਬਟ ਟਾਈਮ ਨਹੀਂ ਲੱਗਿਆ, ਗੈਸਟ ਆ ਗਏ ਸੀਗੇ ਘਰ, ਅੱਜ ਕਿਸੇ ਨੇ ਆਣਾ ਸੀਗਾ ਤੇ ਉਹ ਆ ਗਏ। ਫਿਰ ਹੁਣ ਥੋੜਾ ਜਿਹਾ ਈਵਨਿੰਗ ਹੋ ਗਈ ਹੈ, ਫਿਰ ਤਿਆਰੀ ਵੀ ਕਰਨੀ ਹੈ, ਪ੍ਰਸ਼ਾਦ ਬਣਾਉਣਾ ਹੈ ਐਂਡ ਆਲ। ਵੈਦਰ ਵੀ ਉਤੋਂ ਕਹਿਰ ਕਰਦਾ, ਵੈਦਰ ਵੀ ਅੱਜ ਆ ਦੇਖੋ ਤਿਆਰ ਹੀ ਆ ਮੀਂਹ ਆਣ ਨੂੰ, ਵੈਦਰ ਕਹਿਰ ਹੀ ਕਰੀ ਜਾਂਦਾ ਤੇ। ਤੇ ਵੈਸੇ ਵੀ ਚਲੋ ਅੱਜ ਜਨਮਾਸ਼ਟਮੀ ਕਰਕੇ ਛੁੱਟੀ, ਜਨਮਾਸ਼ਟਮੀ ਕਰਕੇ ਤਾਂ ਨਹੀਂ ਵੈਸੇ, ਮਤਲਬ ਕਿ ਬੈਂਕ ਹੌਲੀਡੇਜ਼, ਬੈਂਕ ਹੌਲੀਡੇਜ਼ ਸੀ ਅੱਜ ਤੇ। ਚਲੋ ਵਧੀਆ ਹਨਾ, ਨਾਲੇ ਜਨਮਾਸ਼ਟਮੀ ਆ ਗਈ ਤੇ ਮੇਰਾ ਉਹ ਹੋ ਗਿਆ ਕਿ ਚਲੋ ਕੰਮ ਦੀ ਕੋਈ ਟੈਨਸ਼ਨ ਨਹੀਂ ਹੈਗੀ, ਮੈਂ ਫਸ ਗਿਆ, ਆਰਾਮ ਨਾਲ ਫਾਸਟ ਰੱਖ ਸਕਦੇ ਆ ਤੇ ਤਿਆਰੀ ਕਰ ਸਕਦੇ ਆ ਹਨਾ ਕ੍ਰਿਸ਼ਨ ਜੀ ਦੇ ਬਰਥਡੇ ਦੀਆਂ। ਫਿਰ ਅਸੀਂ ਹੁਣ ਅਸੀਂ ਟੈਂਪਲ ਜਾ ਕੇ ਆ ਕੇ ਅਸੀਂ ਤਿਆਰ ਕਰਾਂਗੇ ਮੰਦਰ ਐਂਡ ਫਿਰ ਆਪਾਂ ਤਿਆਰੀ ਕਰਾਂਗੇ ਪ੍ਰਸ਼ਾਦ ਦੀ ਤੇ ਸਟੇ ਟਿਊਨਡ। ਓਕੇ ओके जी, मिलते हैं, असीं मंदिर जाइए फिर आके मिलते हैं। ओम नमो भगवते वासुदेवाय नमः। जय श्री कृष्णा। जय श्री कृष्णा जी। हुण असीं मंदिर नूं डेकोरेट करन लग गया, सारा समान आपां डेकोरेशन दा कढ लिया ते बैलून सजावांगे, फ्लावर्स नाल डेकोरेट करांगे ते होर मंदा कृष्ण जी दा झूला ते आसन सारा कुछ बनावांगे। चलो फिर करदे आं डेकोरेशन दा काम शुरू। Oh,
लो जी मखनी आ गई, बाबे का मक्खन आ गया। लग्या साडे वाला प्रधान मक्खन कढ़न। जी 12 बजन वाले हैं तो साड़ा प्रसाद भी रेडी आ, धनिया की पंजीरी, मक्खन, मिश्री, काजू बदाम, तो चरनामित जिन्हों मतलब कई लोग पंचामृत भी बनाते हैं, तो फ्रूट तुलसी मिली नहीं, इतने थोड़ा मुश्किल ही है तुलसी मिलना था। ਸਾਡਾ ਫਾਸਟ ਹੋ ਗਿਆ ਕੰਪਲੀਟ, ਹੁਣ ਅਸੀਂ ਫਾਸਟ ਖੋਲ੍ਹਣ ਲੱਗੇ ਹਾਂ। ਜਿਹੜਾ ਪ੍ਰਸ਼ਾਦ ਲਗਾਇਆ ਸੀਗਾ ਉਹ ਪ੍ਰਸ਼ਾਦ ਲੈ ਕੇ, ਵੈਸੇ ਧਨੀਏ ਦੀ ਪੰਜੀਰੀ ਜਿਹੜੀ ਬਣਾਉਂਦੇ ਆ ਆਪਾਂ ਉਹ ਪ੍ਰਸ਼ਾਦ ਦੇ ਵਿੱਚ ਉਹੀ ਅਸੀਂ ਜਿਹੜਾ ਹੈਗਾ ਉਹਦਾ ਪ੍ਰਸ਼ਾਦ ਹੀ ਲੈ ਕੇ ਬਰਤਨ ਨੂੰ ਜਿਹੜਾ ਹੈਗਾ ਖੋਲ੍ਹਦੇ ਹਾਂ। ਹੁਣ ਬਸ ਅਸੀਂ ਆਰਤੀ ਵਗੈਰਾ ਕਰ ਲਈ, ਭੋਗ ਲਵਾ ਤਾ ਬਾਬਾ ਜੀ ਨੂੰ, ਅਤੇ ਹੁਣ ਅਸੀਂ ਬਸ ਭੋਗ ਲੈ ਕੇ ਪ੍ਰਸ਼ਾਦ ਖਾ ਕੇ ਅਤੇ ਫਿਰ ਰੋਟੀ ਵਗੈਰਾ ਖਾਂਦੇ ਹਾਂ ਅਸੀਂ ਵੀ, ਅਤੇ ਵਰਤ ਖੋਲ੍ਹਦੇ ਹਾਂ ਅਸੀਂ ਵੀ। ਭੁੱਖ ਤਾਂ ਨਹੀਂ ਲੱਗੀ? ਭੁੱਖ ਹੋਣ ਲੱਗੀ ਆ, ਪਹਿਲਾਂ ਤਾਂ ਨਹੀਂ ਲੱਗੀ, ਇੰਨਾ ਪਤਾ ਨਹੀਂ ਲੱਗਿਆ। ਚਲੋ ਵੈਸੇ ਬਹੁਤ ਵਧੀਆ ਰਿਹਾ, ਅਤੇ ਵੈਦਰ ਵੀ ਵਧੀਆ ਸੀਗਾ, ਅਤੇ ਬਾਕੀ ਕੰਮ ਕਾਰ 'ਚ ਪਤਾ ਨਹੀਂ ਲੱਗਿਆ। ਪਹਿਲਾਂ ਕਲੀਨਿੰਗ ਵਗੈਰਾ ਕਰੀ ਗਏ, ਫਿਰ ਸੈਟਿੰਗ ਕਰੀ ਗਏ, ਫਿਰ ਸਮਾਨ ਵਗੈਰਾ ਲੈ ਕੇ ਆਉਣਾ ਸੀ, ਤੇ ਸਭ ਵਧੀਆ ਰਿਹਾ, ਪਤਾ ਹੀ ਲੱਗਿਆ ਹਨਾ। ਤੇ ਚਲੋ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਅਗੇਨ ਹੈਪੀ ਜਨਮਾਸ਼ਟਮੀ, ਸੋ ਬਾਏ, ਮਿਲਦੇ ਆ ਨੈਕਸਟ ਵੀਡੀਓ 'ਚ।